ਸੁਰਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਸਾਲ ਆਪਣੇ ਸਾਰਿਆਂ ਦੇ ਬਰਬਾਦ ਕਰਤੇ ਕਾਂਗਰਸ ਪਾਰਟੀ ਨੇ 5 ਸਾਲ ਆਪਣੀਆਂ ਭਾਵਨਾ ਤੇ ਖੇਡ ਕੇ ਝੂਠੇ ਵਾਦੇ ਕਰਕੇ ਗੁਰਕਾ ਸਾਹਿਬ ਦੀ ਝੂਟੀ ਸੌਂ ਖਰਕੇ ਲੋਕਾਂ ਦੀਆਂ ਭਾਵਨਾ ਨੂੰ ਬਦਲ ਕੇ ਵੋਟਾਂ ਲੈ ਕੇ 5 ਸਾਲ ਕਾਂਗਰਸੀ ਦਿਖਾਈ ਨਹੀਂ ਦਿੱਤੇ ਮੈਂ ਕਹਿ ਸਕਦਾ ਜਦੋਂ ਦਾ ਪੰਜਾਬ ਬਣਿਆ ਸਭ ਤੋਂ ਨਕਮੀ ਸਰਕਾਰ ਜੇ ਬਣੀ ਉਹ ਪਿਛਲੇ 5 ਸਾਲ ਦੀ ਸਰਕਾਰ ਸੀ ਮੈਨੂੰ ਅੱਜ ਪੁੱਛਦੇ ਆ ਕਿ ਆਕਾਲੀ ਦਲ ਵਿੱਚ ਤੇ ਦੂਜੀਆਂ ਪਾਰਟੀਆਂ ਵਿੱਚ ਫਰਕ ਕੀ ਹੈ ਮੈਂ ਉਹਨਾਂ ਨੂੰ ਪ੍ਰੈਸ ਵਾਲਿਆਂ ਨੂੰ ਕਿਹਾ ਜ਼ਮੀਨ ਅਸਮਾਨ ਦਾ ਫਰਕ ਹੈ ਆਕਾਲੀ ਦਲ ਤੇ ਦੂਜੀਆਂ ਪਾਰਟੀਆਂ ਵਿੱਚ ਆਕਾਲੀ ਦਲ ਅਕਾਲੀ ਦਲ ਪੰਜਾਬ ਦੀ ਜਾਨ ਹੈ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਅਕਾਲੀ ਦਲ ਕੱਲੇ ਪੰਜਾਬ ਵਾਸਤੇ ਲੜਦੀ ਹੈ ਪੰਜਾਬੀਆਂ ਵਾਸਤੇ ਲੜਦੀ ਹੈ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਸਹੀ ਮਿਹਨਤ ਤੇ ਜਨਤਾ ਸੋਚਦੀ ਹੈ ਕਿ ਸਾਡੀ ਸਰਕਾਰ ਹੈ ਅਕਾਲੀ ਦਲ ਦੇ ਸਰਕਾਰ ਵਿੱਚ ਸੰਗਤ ਦਰਸ਼ਨ ਹੁੰਦੇ ਆ ਮੁੱਖ ਮੰਤਰੀ ਮੰਤਰੀ ਪਿੰਡਾਂ ਜਾਂਦੇ ਆ ਥੋੜੇ ਵਿੱਚ ਬਹਿ ਕੇ ਤੁਹਾਡੀਆਂ ਮੁਸ਼ਕਲਾਂ ਹੱਲ ਕਰਦੇ ਆ ਜਦੋਂ ਕਾਂਗਰਸ ਦਾ ਰਾਜ ਆ ਜਾਂਦਾ ਹੈ ਮਾਫੀਆ ਰਾਜ ਆ ਜਾਂਦਾ ਹੈ ਕਾਂਗਰਸੀ ਮੰਤਰੀ ਮੁੱਖ ਮੰਤਰੀ ਗਾਇਬ ਹੋ ਜਾਂਦੇ ਆ ਕੋਈ ਦਿਖਾਈ ਨਹੀਂ ਦਿੰਦਾ ਕੋਈ ਕੁਛ ਨੂੰ ਪੁੱਛਦਾ ਨਹੀਂ ਪੁਲਿਸ ਦਾ ਰਾਜ ਹੋ ਜਾਂਦਾ ਹੈ ਅਫਸਰशाही ਦਾ ਰਾਜ ਹੋ ਜਾਂਦਾ ਹੈ ਤੇ ਆਮ ਜਨਤਾ ਨੂੰ ਦੁਖੀ ਕਰ ਦਿੰਦੇ ਆ ਤੁਸੀਂ ਮੰਤਾਰ ਬਰਾੜ ਨੇ ਤੁਹਾਨੂੰ ਹੁਣੀ ਗਨਾਰਿਆ ਸੀ ਕਿੰਨੀਆਂ ਗੱਲਾਂ ਜਿਹੜੀਆਂ ਇੱਥੇ ਕੀਤੀਆਂ ਗਈਆਂ ਮੈਂ ਆਪਣਾ ਸਿਆਸੀ ਜੀਵਨ ਐਸੇ ਹੀ ਹਲਕੇ ਤੋਂ ਸ਼ੁਰੂ ਕੀਤਾ ਪਹਿਲੀ ਵਾਰ ਮੈਂ ਇਲੈਕਸ਼ਨ ਲੜਿਆ ਪ੍ਰੀਤ ਕੋਟ ਪਾਰਲੀਮੈਂਟ ਤੋਂ ਲੜਿਆ ਜਿਹਦਾ ਕੋਟ ਪੂਰਾ ਹਲਕਾ ਇੱਕ ਹਿੱਸਾ ਹੈ ਤੁਸੀਂ ਜਾਣਦੇ ਹੋ ਜਿੰਨੀ ਦੇਰ ਮੈਂ ਮੈਂਬਰ ਪਾਰਲੀਮੈਂਟ ਰਿਆ ਤੁਹਾਡੇ ਵਿੱਚ ਵਿਚਰਦਾ ਸੀ ਤੁਹਾਡੀਆਂ ਮੁਸ਼ਕਲਾਂ ਹੱਲ ਕਰਦਾ ਸੀ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਬਿਜਲੀ ਦੇ ਗ੍ਰਿਡਾਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਸਟੇਡੀਅਮ ਤੋਂ ਲੈ ਕੇ ਇਹ ਜਿਹੇ ਕੰਮ ਕੀਤੇ ਜਿਹੜੇ ਲੋਕੀ ਸੋਚ ਨਹੀਂ ਸਕਦੇ ਸੀ ਕੋਟਕਪੂਰੇ ਵਾਲੇ ਆ ਜਿਹੜਾ ਕੋਟਕਪੂਰਾ ਦਾ ਪੁਲ ਹੈ ਇਹਦੇ ਗਾਣੇ ਬਣ ਗਏ ਸੀ ਬੰਦ ਪਿਆ ਦਰਵਾਜਾ ਜੇ ਫਾਟ ਕੋਟਕਪੂਰੇ ਬੰਦ ਪਿਆ ਦਰਵਾਜਾ ਫਾਟੇ ਕੋਟ ਕੋਈ ਨਹੀਂ ਬਣਾ ਸਕਿਆ ਬਣਾ ਕੇ ਦਿੱਤਾ ਆ ਜਿਹੜਾ ਹੁਣ ਫਰੀਦਕੋਟ ਤੇ ਕੋਟਕਪੂਰੇ ਨੇ ਜੋੜਦਾ ਹੈ ਫਲਾਈਓਵਰ ਜਿਹੜਾ ਬਣਾਇਆ ਹੈ 4 ਮਹੀਨੇ ਸਰਕਾਰ ਤੋਂ ਪਹਿਲੇ ਮੰਤਾਰ ਮੇਰੇ ਕੋਲੇ ਆਇਆ ਮੈਨੂੰ ਕਹਿਣ ਲੱਗਿਆ ਜੀ ਆਹ ਬਿਮਾਰੀ ਕੱਢ ਦਿਓ ਮੈਂ ਕਿਹਾ ਚਲੋ ਆਹ ਵੀ ਕੱਢ ਦਿੰਨੇ ਆ ਨਾਲੇ ਫਰੀਦਕੋਟ ਵਾਲੀ ਵੀ ਕੱਢ ਦਿੰਨੇ ਆ ਦੋਨੋਂ ਨਾਲ ਦੇ ਨਾਲ ਮਨਜ਼ੂਰ ਕਰਕੇ ਗਿਆ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਦੇਖਦੇ ਸੀ ਕਿਤੇ ਪੁਲ ਬਣ ਰਹੇ ਸੀ ਕਿਤੇ ਸੜਕਾਂ ਬਣ ਰਹੀਆਂ ਸੀ ਕਿਤੇ ਹਸਪਤਾਲ ਬਣ ਰਹੇ ਸੀ ਨੈਰਾ ਮੈਨੂੰ ਲੱਗਦਾ ਕੋਟਪੂਰੇ ਨੈਰਾ ਵਾਸਤੇ ਮੈਨੂੰ ਲੱਗਦਾ ਕਿੰਨਾ ਪੈਸਾ ਦਿੱਤਾ ਸੀ ਮੈਨੂੰ ਯਾਦ ਹੈ 1900 ਕਰੋੜ ਰੁਪਏ ਨਿੱ ਕੱਲੇ ਕੋਟਪੂਰੇ ਹਲਕੇ ਵਾਸਤੇ